ਗੁਪਤਾ ਸਾਹਿਬ ਮੈਨੂੰ ਇਹ ਦੱਸੋ ਕਿ ਸਰਕਾਰ ਦੀ ਵੀ ਇਹ ਮਨਸ਼ਾ ਹੈ ਕਿ 12 ਦਾ ਜਿਹੜੇ ਉਦਯੋਗਪਤੀ ਨੇ ਉਹਨੇ ਕੀ ਜੰਮੂ ਕਸ਼ਮੀਰ 'ਚ ਆਮੰਤ੍ਰਿਤ ਕੀਤਾ ਜਾ ਔਰ ਇਸ ਬਾਬਤ ਉਹ ਪ੍ਰਯਾਸਰਤ ਵੀ ਹੈ। ਤਾਂ ਕਿਆ ਤੁਸੀਂ ਕੀ ਲੱਗਦਾ ਹੈ ਕਿ ਜਿਹੜੇ ਉਕੜੇ ਉਦਯੋਗਪਤੀ ਇੱਥੇ ਆਉਣ ਇੱਥੋਂ ਦਾ ਵਿਕਾਸ ਜਿਹੜਾ ਹੈ ਔਰ ਮਤਾ ਹੋ? ਦੇਖੋ, ਅਸੀਂ ਚਾਹੁੰਦੇ ਹਾਂ ਕਿ ਇੰਡਸਟਰੀ ਜਿਹੜੀ ਹੈ ਸੈਕਟਰ ਆਉਣਾ ਚਾਹੀਦਾ ਔਰ ਤਾਂ ਕਿ ਇੱਧਰ ਲੋਕਲ ਇਹ ਜ਼ਰੂਰ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਹਮੇਸ਼ਾ ਜਿਹੜੀ ਇੰਪਲਾਇਮੈਂਟ ਜਿਹੜੇ ਬਾਹਰੋਂ ਇੰਡਸਟਰੀ ਆਉਂਦੀ ਹੈ ਉਹ ਇੰਪਲਾਇਮੈਂਟ ਜੰਮੂ ਵਾਲੇ ਨਹੀਂ ਦਿੰਦੀ ਹੈ। ਲੇਕਿਨ ਅੱਜ ਸਰਕਾਰ ਇਹ ਆਖੇ ਕਿ ਇੰਪਲਾਇਮੈਂਟ ਜਿਹੜੀ ਹੈ ਜੰਮੂ ਵਾਲੇ ਹੀ 90% ਜਿਹੜੀ ਇੰਪਲਾਇਮੈਂਟ ਜਿਹੜੀ ਹੈ ਜੰਮੂ ਵਾਲੇ ਹੀ ਹੋਣੀ ਚਾਹੀਦੀ। ਔਰ ਮੈਂ ਸਮਝਦਾ ਇੰਡਸਟਰੀ ਇਲਾਵਾ ਹੋਟਲ ਇੰਡਸਟਰੀ ਵੀ ਆਉਣੀ ਚਾਹੀਦੀ, ਐਜੂਕੇਸ਼ਨ ਸੈਕਟਰ ਵੀ ਆਉਣਾ ਚਾਹੀਦਾ, ਤੁਹਾਡਾ ਮੈਡੀਕਲ ਵਾਲੇ ਵੀ ਆਉਣੇ ਚਾਹੀਦੇ। ਅਗਰ ਲੋਕਾਂ ਦਾ ਇਲਾਜ ਜਿਹੜਾ ਹੈ ਬਾਹਰ ਕਹਿ ਹੋਏ ਜੰਮੂ 'ਚ ਹੋਏ, ਅਗਰ ਸਾਨੂੰ ਐਜੂਕੇਸ਼ਨ ਬੱਚੇ ਬਾਹਰ ਪੜ੍ਹਾਉਣ ਵਾਸਤੇ ਜਾਣਾ ਪੈਂਦਾ, ਇੱਥੇ ਆਉਣੇ ਚਾਹੀਦੇ, ਹੱਬ ਆਉਣੇ ਚਾਹੀਦੇ। ਔਰ ਦੂਆ ਆਪਣੇ ਵਾਸਤੇ ਵੀ ਇੱਕ ਗੱਲ ਆਖੇਗਾ ਕਿ ਜੀਆਂ ਸਰਕਾਰ ਬਾਹਰੇ ਹੀ ਬੁਲਾਈ ਬੁਲਾਈਏ ਜਿਹੜੀ ਹੈ ਲੋਕੀ ਜ਼ਮੀਨਾਂ ਦੇ ਆ ਰਹੀ ਹੈ, ਅਤੇ ਅਸ ਜੰਮੂ ਵਾਲੇ ਇੱਧਰ ਪੈਦਾਇਸ਼ੀ ਸਾਡੇ ਜੰਮੂ ਦੀ ਔਰ 50 ਸਾਲ ਦੇ ਅਸ ਵੇਅਰ ਹਾਊਸ 'ਚ ਰੋਆ ਰਹੇ ਹਾਂ, ਅਤੇ ਅਸ ਵੀ ਸਰਕਾਰ ਹੀ ਆਖਦੇ ਹਾਂ ਕਿ ਅਗਰ ਤੁਸੀਂ ਬਾਹਰੇ ਲਈ ਬੁਲਾਈਏ ਲੈਣ ਦੇ ਆ ਰਹੇ ਹੋ ਅਤੇ ਅਸ ਤਾਂ ਗਡਾਊਨ ਵਾਸਤੇ ਜਗ੍ਹਾ ਮੰਗਾ ਰਹੇ ਹਾਂ, ਤੁਸੀਂ ਜਲਦੀ ਸਾਨੂੰ ਆਈਡੈਂਟੀਫਾਈਡ ਕਰੋ ਅਤੇ ਔਰ ਜਿਹੜੀ ਸਾਡੀ ਗਡਾਊਨ ਵਾਸਤੇ ਜਗ੍ਹਾ ਅਸ ਸਾਨੂੰ ਦਿਓ ਔਰ ਤਾਂ ਕਿ ਸ਼ਹਿਰ 'ਚ ਜਿਹੜੀ ਹੈ ਟ੍ਰੈਫਿਕ ਕੰਜੈਕਸ਼ਨ ਹੈ ਜਿਹੜੀ ਘੱਟ ਹੋਏ। ਔਰ ਮੈਂ ਸਮਝਦਾ ਕਿ ਅਗਰ ਸਰਕਾਰ ਸਾਨੂੰ ਗਡਾਊਨ 'ਚ ਜਲਦੀ ਹੀ ਜਗ੍ਹਾ ਦੇਣੀ ਹੈ ਅਤੇ ਸ਼ਹਿਰ 'ਚ ਜਿਹੜੀ ਟ੍ਰੈਫਿਕ ਹੈ ਬਿਲਕੁਲ ਘਟੀ ਜਾਣੀ ਹੈ, ਕੰਜੈਕਸ਼ਨ ਵੀ ਘਟੀ ਜਾਣੀ ਹੈ ਔਰ ਅਸ ਜਿਹੜੇ ਹੈ ਔਰ ਟੈਕਸ ਜਿਹੜਾ ਸਰਕਾਰ ਕੁਲੈਕਟ ਕਰੀਏ ਦੇਗੇ, ਔਰ ਟੈਕਸ ਜਿਹੜਾ ਹੈ ਰੈਵਨਿਊ ਜਿਹੜਾ ਜਨਰੇਟ ਕਰੀਏ ਦੇਗੇ। ਔਰ ਮੈਂ ਸਮਝਦਾ ਕਿ ਅਸ ਸਾਡੇ ਕੋਲ ਗੋਡਾਊਨ ਸੀ ਜਗ੍ਹਾ ਹੋਗੀ ਅਤੇ ਅਸ ਬੜਾ ਬੜਾ ਕੰਪੀਟੀਸ਼ਨ ਕਰ ਸਕੇ ਔਰ ਆਪਣਾ ਮਾਲ ਜਿਹੜਾ ਹੈ ਹਿਮਾਚਲ ਵੀ ਭੇਜੀ ਸਕੀਏ ਔਰ ਉਹਰੇ ਜਿਹੜੇ ਕੰਨੇ ਕਨੈਕਟਿਡ ਜਿਹੜੇ ਗਾਓਂ ਲੱਗਦੇ ਅਸ ਉਹਨੇ ਵੀ ਭੇਜੀ ਸਕਦੇ ਔਰ ਸਰਕਾਰ ਜਿਹੜਾ ਔਰ ਰੈਵਨਿਊ ਜਿਹੜਾ ਜਨਰੇਟ ਕਰੀਏ ਦੇ। ਜੰਮੂ ਦੇ ਵਪਾਰੀ ਕੰਨੇ ਗੱਲਬਾਤ ਕਰੋ ਤਾਂ ਪਰੇਸ਼ਾਨ ਲੱਭਦੇ ਨੇ, ਕਾਰਨ ਕਈ ਨਾ, ਲੇਕਿਨ ਹੁਣ ਵੀ ਖਬਰ ਆਈ ਹੈ ਕਿ ਜਿਹੜੀ ਜੰਮੂ ਤੁਸੀਂ ਹੀ ਪਤਾ ਪਏ ਵਿਸਤਾਰੀਕਰਨ ਹੋਇਆ ਕਰਦਾ, ਬੜੀ ਦੂਰਾਂ ਤੱਕ ਜਿਹੜਾ ਜੰਮੂ ਸ਼ਹਿਰ ਹੈ ਉਹ ਵਿਸਤਾਰ 'ਚ ਜਾ ਕਰਦਾ ਹੈ, ਫੈਲਾ ਕਰਦਾ ਹੈ। ਪਰ ਹੁਣ ਇੱਕ ਨਵੀਂ ਖਬਰ ਸੁਣਨ 'ਚ ਆਈ ਹੈ, ਜਿਹੜੀ ਪਰਿਯੋਜਨਾ ਜੰਮੂ ਸ਼ਹਿਰ ਕਿਤੇ ਬਣੀ ਦੀ ਹੈ ਕਿ ਜੰਮੂ ਦਾ ਜਿਹੜਾ ਵੇਅਰ ਹਾਊਸ ਹੈ ਜਿੱਥੇ ਖਾਣੇ ਪੀਣੇ ਦੀਆਂ ਚੀਜ਼ਾਂ ਵਸਤਾਂ ਜਿਹੜੀਆਂ ਹਨ ਪੂਰੇ ਜੰਮੂ ਕਸ਼ਮੀਰ ਦੇ ਕੰਨੇ ਗਏ ਲੇਹ ਲੱਦਾਖ ਵੀ ਜਾਂਦੀਆਂ ਹਨ, ਇਸ ਗੀ ਵੀ ਦੂਈ ਜਗ੍ਹਾ ਉੱਪਰ ਭੇਜਿਆ ਜਾ ਕੇ ਪਰੇਸ਼ਾਨੀਆਂ ਆਉਣ ਵੇਅਰ ਹਾਊਸ 'ਚ। ਇਸ ਬਾਬਤ ਅਸ ਗੱਲਬਾਤ ਕਰਨੇ ਹਾਂ ਸਾਡੇ ਕੰਨੇ ਵੇਅਰ ਹਾਊਸ ਟ੍ਰੇਡਰਸ ਜਿਹੜੀ ਫੈਡਰੇਸ਼ਨ ਹੈ ਉਸ ਦੇ ਅਧਿਅਕਸ਼ ਬੈਠੇ ਦੇ ਨੇ ਦੀਪਕ ਗੁਪਤਾ ਹੋਰ ਇਹਦੇ ਨਾਲ ਗੱਲਬਾਤ ਕਰਨੇ ਹਾਂ। ਇੱਕ ਤਾਂ ਗੁਪਤਾ ਸਾਹਿਬ ਤੁਹਾਡਾ ਇਸ ਕਾਰਜਕ੍ਰਮ 'ਚ ਮਤਾ ਮਤਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਖਬਰ ਸੁਣੀ ਗਿਆ ਹੋਣੀ ਹੈ ਕਿ ਸ਼ਹਿਰਾਂ ਦਾ ਵਿਸਤਾਰੀਕਰਨ ਹੋਇਆ ਕਰਦਾ, ਔਰ ਅਗਰ ਵਿਸਤਾਰੀਕਰਨ ਹੋਣਾ ਹੈ ਤਾਂ ਤੁਸੀਂ ਪਤਾ ਵੀ ਕਈ ਚੀਜ਼ਾਂ ਜਿਹੜੀਆਂ ਉਹ ਬਾਹਰ ਵੀ ਕਰਨੀਆਂ। ਵੇਅਰ ਹਾਊਸ ਦੇ ਬਾਰੇ 'ਚ ਵੀ ਸੁਣਾ ਕਰਨੇ ਹਾਂ ਕਿੱਸਾ ਕਿ ਬਾਹਰ ਜਾਣੇ ਕੰਨੇ ਕਿੰਨਾ ਫਾਇਦਾ ਤੁਸੀਂ ਕੀ ਹੋ ਜਾਂ ਕੋਈ ਨੁਕਸਾਨ ਵੀ ਹੋ ਸਕਦਾ? ਮੈਂ ਤੁਹਾਡਾ ਚੈਨਲ ਦਾ ਬੜਾ ਧੰਨਵਾਦ ਦਿੰਦਾ ਔਰ ਦੂਸਰਾ ਇਹ ਕਿ ਜਿਹੜਾ ਇਹ ਮਾਸਟਰ ਪਲਾਨ ਹੈ ਔਰ ਮੈਂ ਦੇਖਿਆ ਕਿ ਤੁਸੀਂ TSL ਨਿਊਜ਼ ਨੇ ਅਪਡੇਟ ਕੀਤਾ ਕਿ ਮਾਸਟਰ ਪਲਾਨ ਦੇ ਤਹਿਤ ਜਿਹੜਾ ਕਿ 18 ਚੀਜ਼ਾਂ ਜਿਹੜੀਆਂ ਵੇਰੋਸੂ ਇਲਾਵਾ ਉਹ ਸ਼ਿਫਟ ਹੋਣਗੀਆਂ। ਦੇਖੋ, ਇਹ ਜਿਹੜਾ ਮੈਂ ਆਪਣੇ ਮੈਂਬਰਾਂ ਹੀ ਔਰ ਆਪਣੇ ਦਕਸ਼ਰੇ ਹੀ ਮੈਂ ਦੱਸਣਾ ਚਾਹੁੰਦਾ ਕਿ ਇਹ ਮਾਸਟਰ ਪਲਾਨ ਜਿਹੜਾ ਹੈ ਇਹ 2012 'ਚ ਬਣਿਆ ਹੈ, 2032 ਤੱਕ ਜਿਹੜਾ ਇਹ ਮਾਸਟਰ ਪਲਾਨ ਜਿਹੜਾ ਬਣਦਾ। ਅੱਛਾ।
ਔਰ ਜਿਹੜਾ ਸ਼ਹਿਰੀਕਰਨ ਦਾ ਵਿਸਤਾਰ ਜਿਹੜਾ ਹੁੰਦਾ ਉਹ ਤਾਂ ਸੁਭਾਵਿਕ ਹੈ, ਉਹ ਤਾਂ ਹੋਣਾ ਹੀ ਹੈ, ਉਹ ਤਾਂ ਅਸੀਂ ਵੀ ਚਾਹੁੰਦੇ ਹਾਂ ਕਿ ਅਸ ਜਿਹੜਾ ਇਹ ਵਿਸਤਾਰ ਦਾ ਹਿੱਸਾ ਬਣ 'ਚ ਔਰ ਜੰਮੂ ਜਿਹੜਾ ਡਿਵੈਲਪਮੈਂਟ ਹੋਏ, ਜੰਮੂ ਜਿਹੜਾ ਫਲੇ ਫੁੱਲੇ। ਲੇਕਿਨ ਉਹਦੇ ਅਸ ਜਦੋਂ ਮੈਂ ਇਸ ਜਨਰਲ ਸੈਕਟਰੀ ਐਜ਼ ਏ ਟ੍ਰੇਡਰ ਫੈਡਰੇਸ਼ਨ ਮੈਂ ਜੁਆਇਨ ਕੀਤਾ, ਮੈਂ ਅੱਜ 8 ਸਾਲ ਪਹਿਲਾਂ ਹੀ ਗੱਲ ਕਰਾਂ ਨਾ ਜੀ, ਅਸ ਰੂਬ ਹਮੇਸ਼ਾ ਇਲੈਕਟਿਡ ਗੌਰਮੈਂਟ ਕਰਨੇ ਹੁੰਦੇ ਰਹੇ ਔਰ ਇਸ ਵੇਅਰ ਹਾਊਸ ਦੇ ਬਾਰੇ ਹਮੇਸ਼ਾ ਅਸ ਚਰਚਾ ਕਰਦੇ ਰਹੇ ਔਰ ਇਹ ਨਹੀਂ ਹੈ ਕਿ ਇਹ ਪ੍ਰਥਾ ਜਿਹੜੀ ਆ ਅਸ ਮੈਂ ਹੀ ਸ਼ੁਰੂ ਕੀਤੀ, ਮੇਰੇ ਪਹਿਲੇ ਇਲੈਕਟਿਡ ਜਿਹੜੇ ਪ੍ਰੈਜੀਡੈਂਟ ਉਹ ਵੀ ਗੱਲਬਾਤ ਕਰਦੇ ਰਹੇ ਔਰ ਜਿਹੜੇ ਮੈਂ ਪ੍ਰੈਜੀਡੈਂਟ ਆਇਆ ਅਤੇ ਉਹਦੇ ਬਾਅਦ ਜਿਹੜੇ ਅਸ ਇਲੈਕਟਿਡ ਗੌਰਮੈਂਟ ਹੀ ਮੈਂ ਉਹਦੇ ਕਨੇ ਗੱਲਬਾਤ ਕੀਤੀ ਅਤੇ ਸੁਭਾਵਿਕ ਹੈ ਕਿ ਵੇਅਰ ਹਾਊਸ ਜਿਹੜਾ ਹੈ ਕਿ ਜਿਹੜਾ ਇਹਦਾ ਦਾਇਰਾ ਔਰ ਘਟੀ ਆ ਔਰ ਅਸ ਹਮੇਸ਼ਾ ਇੱਕ ਗੱਲ ਰੱਖੀ ਕਿ ਸਾਨੂੰ ਗਡਾਊਨਸ ਦੀ ਜਿਹੜੀ ਹੈ ਜਗ੍ਹਾ ਮਿਲੀ ਜਾਏ ਔਰ ਸਾਡੇ ਆਫਿਸ ਕੰਪਲੈਕਸਿਸ ਜਿਹੜੇ ਆ ਸਾਡੇ ਇੱਥੇ ਰਹਿਣ ਔਰ ਮੈਂ ਸਮਝਣਾ ਕਿ ਔਰ ਗੌਰਮੈਂਟ ਨੇ ਜਿਹੜੀ ਹੈ ਸਾਡੀ ਇਸ ਗੱਲ ਹੀ ਮੰਨਿਆ ਵੀ ਹੈ ਕਿ ਠੀਕ ਹੈ ਵੱਡੀ ਵੱਡੀ ਗੱਡੀਆਂ ਆ ਰਹੀਆਂ, ਵੱਡੇ ਵੱਡੇ ਟਰਾਲੇ ਆ ਰਹੇ ਹਨ ਔਰ ਜਿਹੜਾ ਹੈ ਕਿ ਇਹ ਵੇਅਰ ਹਾਊਸ ਜਿਹੜਾ ਹੈ 1962 ਦਾ ਬਣੇਗਾ ਬਿਲਕੁਲ ਔਰ ਚੌਥੀ ਪੀੜ੍ਹੀ ਜਿਹੜੀ ਹੈ ਸਾਡੀ ਕੰਮ ਕਰਨ ਵਾਲੀ ਆਈ ਹੈ ਔਰ ਇਹਦਾ ਜਿਹੜਾ ਸੁਭਾਵਿਕ ਹੈ ਐਕਸਪੈਂਸ਼ਨ ਜਿਹੜੀ ਹੈ ਇਹਦੀ ਹੋਣੀ ਚਾਹੀਦੀ ਹੈ ਅਤੇ ਔਰ ਜਿਹੜੇ ਉਹਦੇ ਬਾਅਦ ਜਿਹੜੇ ਗਵਰਨਰ ਰੂਲ ਆਇਆ ਔਰ ਲੈਫਟਨੈਂਟ ਗਵਰਨਰ ਮਹੋਦਯ ਆਏ ਉਹਦੇ ਬਾਅਦ ਵੀ ਸਾਡੇ ਜੇ ਡੀ ਏ ਡਿਪਾਰਟਮੈਂਟ ਕਨੇ ਗੱਲ ਹੋ ਜਾਂਦੀ ਰਹੀ, ਡਿਵੀਜ਼ਨਲ ਕਮਿਸ਼ਨਰ ਮਹੋਦਯ ਕਨੇ ਜਿਹੜੀ ਹੈ ਅਜੇ ਵੀ ਸਾਡੀ ਰਮੇਸ਼ ਕਨੇ ਜਿਹੜਾ ਕੰਟੀਨਿਊ ਅਸ ਡਿਵੀਜ਼ਨਲ ਕਮਿਸ਼ਨਰ ਮਹੋਦਯ ਆ ਉਹਦੇ ਕਨੇ ਕੰਟੀਨਿਊ ਸਾਡੀ ਗੱਲਬਾਤ ਹੋ ਰਹੀ ਹੈ ਔਰ ਮੈਂ ਸਮਝਣਾ ਅਸ ਹਮੇਸ਼ਾ ਇੱਕੋ ਗੱਲ ਰੱਖੀ ਹੈ ਕਿ ਸਾਡੇ ਜਿਹੜੇ ਮੈਂਬਰ ਦਾ ਇੰਟਰਸਟ ਹੈ ਉਹ ਬਿਲਕੁਲ ਵਾਚ ਹੋਣਾ ਚਾਹੀਦਾ ਔਰ ਤੁਸੀਂ ਦੇਖੋ ਔਰ ਰਮੇਸ਼ ਹੋਣੇ ਜਿਹੜੇ ਸਾਡੇ ਡਿਵੀਜ਼ਨ ਕਮਿਸ਼ਨਰ ਮਹੋਦਯ ਆ ਉਹਨੇ ਹਮੇਸ਼ਾ ਸਾਨੂੰ ਆਸ਼ਵਸਤ ਕੀਤਾ ਔਰ ਜੇ ਡੀ ਏ ਡਿਪਾਰਟਮੈਂਟ ਨੇ ਵੀ ਸਾਨੂੰ ਆਸ਼ਵਸਤ ਕੀਤਾ ਕਿ ਤੁਹਾਡਾ ਜਿਹੜਾ ਮੈਂਬਰ ਦਾ ਇੰਟਰਸਟ ਹੈ ਉਹ ਅਸ ਬਿਲਕੁਲ ਜਿਹੜਾ ਵਾਜਬ ਗੱਲ ਰੱਖ ਗਏ ਔਰ ਤੁਹਾਨੂੰ ਜਿਹੜਾ ਵਪਾਰੀਏ ਨੁਕਸਾਨ ਨਾ ਹੋ ਉਸ ਤਰ੍ਹਾਂ ਨਾਲ ਜਿਹੜਾ ਪਲੈਨ ਮਿਲ ਬੈਠੀ ਅਸ ਕਰਕੇ ਅਸ ਉਹਨੇ ਇੱਕੋ ਗੱਲ ਆਖੀ ਕਿ ਸਾਨੂੰ ਉਹਨੇ 2-3 ਲੈਂਡਾਂ ਸਾਨੂੰ ਜਿਹੜੇ ਦੱਸੀਆਂ ਅੱਛਾ ਉਹਦੇ ਬਾਅਦ ਸਾਨੂੰ ਸਿਦਰਾ ਲੈਂਡ ਦੱਸੀ, ਸਾਨੂੰ ਮੰਡਲ ਲੈਂਡ ਦੱਸੀ, ਸਾਨੂੰ ਉੱਧਰ ਰਾਇਆ ਮੋੜ ਦੱਸੀ, ਸਾਨੂੰ ਉਹਨੇ ਕਿਆ ਦੇ ਰਿੰਗ ਰੋਡ ਦੇ ਅੱਗੇ ਵੀ ਦੱਸੀ ਔਰ ਅਸੀਂ 1-2 ਲੈਂਡ ਐਸੇ ਆਮੀ ਵੀ ਭਰੀ ਹੈ ਅੱਛਾ ਔਰ ਅਸ ਆਪਣੀ ਜਿਹੜੀ ਫੈਡਰੇਸ਼ਨ ਦੇ ਆਪਣੇ ਸੀਨੀਅਰ ਮੈਂਬਰ ਕਨੇ ਬਹੀਏ ਗੱਲਬਾਤ ਕਰੀਏ ਉਸ ਆਮੀ ਵੀ ਭਰੀ ਹੈ ਔਰ ਅਸੀਂ ਇੱਕ ਉਹਨੇ ਗੱਲ ਆਖਿਆ ਕਿ ਪਹਿਲੇ ਇੱਧਰ ਗਡਾਊਨਸ ਸਾਨੂੰ ਬਣਾਇਆ ਜਾਏ ਤਾਂ ਕਿ ਤੁਹਾਡਾ ਆਉਣਾ ਜਾਣਾ ਜਿਹੜਾ ਉੱਥੇ ਸ਼ੁਰੂ ਹੋਏ। ਹੁਣ ਤੁਸੀਂ ਇਸੀ ਆਖ ਗਏ ਕਿ ਤੁਸੀਂ ਅਸ ਟੋਟਲ ਸ਼ਿਫਟ ਕਰ ਗਏ ਔਰ ਇੰਨੀ ਜਲਦੀ ਸ਼ਿਫਟ ਕਰ ਗਏ ਉਹ ਥੋੜ੍ਹਾ ਜਿਹੜਾ ਮੁਸ਼ਕਿਲ ਕੰਮ ਹੈ ਔਰ ਅਸ ਚਾਹੁੰਦੇ ਹਾਂ ਕਿ ਲੈਂਡ ਜ਼ਰੂਰ ਆਈਡੈਂਟੀਫਾਈਡ ਹੋਣੀ ਚਾਹੀਦੀ ਕਿ ਹਾਂ ਬਈ ਅਗਰ ਵੇਅਰ ਹਾਊਸ ਕਿਤੇ ਜਾਣਾ ਉਹਦੀ ਲੈਂਡ ਜਿਹੜੀ ਹੈ ਹਮੇਸ਼ਾ ਪਹਿਲੇ ਆਈਡੈਂਟੀਫਾਈਡ ਹੋਣੀ ਚਾਹੀਦੀ ਹੈ ਔਰ ਖਾਸ ਕਰ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਕਨੇ ਇਹ ਵੀ ਐਡਮਿਨਿਸਟ੍ਰੇਸ਼ਨ ਨੇ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਮੈਂਬਰ ਆ ਜਿਹੜਾ ਇੰਟਰਸਟ ਹੈ ਉਹ ਵੀ ਪੂਰਾ ਵਾਚ ਹੋਣਾ ਚਾਹੀਦਾ ਔਰ ਮੈਂ ਦੇਖਾਂ ਰਿਹਾ 2-3 ਮਹੀਨੇ 'ਚ ਮੀਡੀਆ 'ਚ ਵੇਅਰ ਹਾਊਸ ਹੀ ਬੜਾ ਹਾਈਪ ਕੀਤਾ ਜਾ ਰਿਹਾ ਕਿ ਵੇਅਰ ਹਾਊਸ ਸ਼ਿਫਟ ਹੋਗਾ ਸ਼ਿਫਟ ਹੋਗਾ। ਲੇਕਿਨ ਮੈਂ ਸਮਝਣਾ ਕਿ ਜਿਹੜੇ ਐਡਮਿਨਿਸਟ੍ਰੇਸ਼ਨ 'ਚ ਬੈਠੇ ਨੇ ਕੁਛ ਲੋਕ ਜਿਹੜੇ ਸ਼ਰਾਰਤੀ ਲੋਕ ਹੈ ਉਹ ਚਾਹੁੰਦੇ ਨਹੀਂ ਹੈ ਕਿ ਜੰਮੂ ਜਿਹੜਾ ਸੁਭਾਵਿਕ ਤੌਰ ਉੱਪਰ ਸਹੀ ਢੰਗ ਨਾਲ ਚੱਲੇ, ਉਹ ਚਾਹੁੰਦੇ ਕਿ ਉਥਲ ਖੁਥਲ ਰਹੇ। ਮੈਂ ਉਹਨੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੈਠੇ ਨੇ ਕੁਛ ਲੋਕ ਹੀ ਮੈਂ ਦੱਸਣਾ ਚਾਹੁੰਦਾ ਹੈ, ਤੁਸੀਂ ਸਿਦਰਾ ਦੇ ਅੰਦਰ ਫੋਰੈਸਟ ਲੈਂਡ ਉੱਪਰ ਜਿਹੜੇ ਲੋਕ ਬੈਠੇ ਉਹਨੇ ਖਾਲੀ ਨਹੀਂ ਕਰਵਾਈ ਪਾਏ ਔਰ ਤੁਸੀਂ ਜਿਹੜੇ ਲੋਕਾਂ ਨੇ ਸਟੇਟ ਲੈਂਡ ਜਿਹੜੀ ਹੈ ਕਬਜ਼ਾ ਕੀਤੀ ਰਹੀ ਹੈ ਤੁਸੀਂ ਉਹਨੇ ਖਾਲੀ ਨਹੀਂ ਕਰਵਾਈ ਪਾਈ। ਜੇ ਡੀ ਏ ਨੇ ਇੱਥੇ ਜਿਹੜੀ ਹੈ ਹਜ਼ਾਰੋਂ ਕਨਾਲ ਭੂਮੀ ਜਿਹੜੀ ਹੈ
ਇਹ ਆਪਣਾ ਇੱਧਰ ਪੁੱਲ ਦੇ ਉੱਪਰ ਜਿਹੜੀ ਅੱਗਲੇ ਸਾਈਡ ਹਜ਼ਾਰੋਂ ਕਨਾਲ ਭੂਮੀ ਜਿਹੜੀ ਹੈ ਲੋਕਾਂ ਨੇ ਐਨਕਰੋਚ ਕੀਤੀ ਰਹੀ ਹੈ, ਉਹ ਨਹੀਂ ਤੁਸੀਂ ਖਾਲੀ ਕਰਾਏ ਪਾਏ। ਇੱਕ ਤੁਹਾਡੀ ਨਜ਼ਰ ਜਿਹੜੀ ਹੈ ਇੱਕ 150 ਕਨਾਲ ਵੇਅਰ ਹਾਊਸ ਉੱਪਰ ਹੁੰਦੀ ਹੈ। ਲੇਕਿਨ ਮੈਂ ਇਹ ਚਾਹੁੰਦਾ ਕਿ ਸਰਕਾਰ, ਇਹ ਵੀ ਮੈਂ ਚੇਤਾਵਨੀ ਦੇਣਾ ਚਾਹੁੰਦਾ ਕਿ ਸਰਕਾਰ ਇਹ ਵੀ ਚੇਤਾਉਣਾ ਚਾਹੁੰਦਾ ਕਿ ਜਿੰਨੀ ਦੇਰ ਤੱਕ ਸਾਡੇ ਮੈਂਬਰ ਆ ਜਿਹੜਾ ਇੰਟਰਸਟ ਹੈ ਉਹ ਪੂਰਾ ਵਾਚ ਕੀਤਾ ਜਾਣਾ ਚਾਹੀਦਾ, ਔਰ ਉਹਦੀ ਜਿਹੜੀ ਉਪੇਕਸ਼ਾ ਹੈ ਉਹਦੇ ਉੱਪਰ ਕੋਈ ਐਸੀ ਗੱਲਬਾਤ ਨਹੀਂ ਹੋਣੀ ਚਾਹੀਦੀ ਕਿ ਉਹਨੇ ਲੱਗੇ ਕਿ ਹਾਂ ਨਹੀਂ ਅਸ ਜਿਹੜਾ ਕਿ ਸਾਨੂੰ ਜਿਹੜਾ ਸਾਨੂੰ ਬੇਦਖਲ ਕੀਤਾ ਜਾਂ ਕੁਛ ਕੋਈ ਐਸੀ ਗੱਲ ਕੀਤੀ ਹੈ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਹੋਰ ਆਪਣੇ ਜੰਮੂ ਦੇ ਵਾਸੀਆਂ ਇਹ ਵੀ ਆਖਣਾ ਚਾਹੁੰਦਾ ਕਿ ਅਸ ਜਿਹੜਾ ਸ਼ਹਿਰ ਦਾ ਜਿਹੜਾ ਵਾਸਵੀਕਰਨ ਹੈ ਜਿਹੜਾ ਐਕਸਪੈਂਸ਼ਨ ਹੈ ਉਸ ਉਹਦੇ ਹਿੱਸਾ ਵੀ ਹੈ ਬਿਲਕੁਲ, ਔਰ ਅਸ ਡਿਵੈਲਪਮੈਂਟ ਦੇ ਕਦੀ ਵੀ ਖਿਲਾਫ਼ ਨਹੀਂ ਹੈ। ਠੀਕ ਹੈ, ਅਗਰ ਡਿਵੈਲਪਮੈਂਟ ਜਿਹੜੀ ਹੈ ਉਹ ਆ ਰਹੀ ਹੈ, ਅਗਰ ਉਹਦੇ 'ਚ ਮਾਸਟਰ ਪਲਾਨ 'ਚ ਵੇਅਰ ਹਾਊਸ ਦਾ ਜਿਹੜੀ ਗੱਲਬਾਤ ਹੈ ਉਹ 2012 'ਚ ਹੋਈ ਸੀ, ਉਹ 2032 ਦਾ ਮਾਸਟਰ ਪਲਾਨ ਹੈ, ਉਹਦੇ 'ਚ 18 ਜਿਹੜੀਆਂ ਲੋਕੇਸ਼ਨਾਂ ਆਈਡੈਂਟੀਫਾਈਡ ਕੀਤੀਆਂ ਸੀ ਸ਼ਿਫਟ ਕੀਤਾ ਜਾਏਗਾ। ਲੇਕਿਨ ਇਹ ਸੁਭਾਵਿਕ ਗੱਲ ਹੈ, ਹੋਣੀ ਵੀ ਚਾਹੀਦੀ ਹੈ। ਲੇਕਿਨ ਹਮੇਸ਼ਾ ਜਿਹੜਾ ਅਸ ਜਿਹੜੇ ਹੈ ਵੇਅਰ ਹਾਊਸ ਦੇ ਵਪਾਰੀ ਦੇਸ਼ ਦੇ ਨਿਰਮਾਣ 'ਚ ਇੱਕ ਅਹਿਮ ਹਿੱਸਾ ਸਾਡਾ, ਅਸ ਕਰੋੜਾਂ ਰੁਪਏ ਦਾ ਟੈਕਸ ਕਲੈਕਟ ਕਰਕੇ ਸਰਕਾਰ ਨੂੰ ਦਿੰਦੇ ਹਾਂ, ਔਰ 50,000 ਫੈਮਲੀਆਂ ਦਾ ਪਾਲਣ ਪੋਸ਼ਣ ਇਸ ਮਾਰਕੀਟ ਤੋਂ ਹੁੰਦਾ ਹੈ, ਅਤੇ ਉਹਦੇ ਵੀ ਇੰਟਰਸਟ ਜਿਹੜੇ ਆ ਪੂਰੇ ਵਾਚ ਹੋਣੇ ਚਾਹੀਦੇ। ਔਰ ਮੈਂ ਆਪਣੇ ਮੈਂਬਰ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੀ ਗੌਰਮੈਂਟ ਕਨੇ ਕੰਟੀਨਿਊਸ ਗੱਲ ਹੋ ਰਹੀ ਹੈ, ਔਰ ਉਹਨੇ ਕੋਈ ਵੀ ਅਸ਼ਵਸਤ ਰਹਿਣ ਦੀ ਜ਼ਰੂਰਤ ਨਹੀਂ ਹੈ ਜਿੰਨੀ ਦੇਰ ਤੱਕ ਮੇਰੀ ਟੀਮ ਔਰ ਮੇਰੀ ਫੈਡਰੇਸ਼ਨ ਹੈ, ਔਰ ਉਹਨੇ ਸਾਨੂੰ JDA ਡਿਪਾਰਟਮੈਂਟ ਔਰ ਡਿਵੀਜ਼ਨਲ ਕਮਿਸ਼ਨ ਮਹੋਦੇ ਨੇ ਇੱਕ ਗੱਲ ਸਾਨੂੰ ਆਖੀ ਹੈ ਕਿ ਤੁਹਾਡੇ ਮੈਂਬਰ ਦੇ ਇੰਟਰਸਟ ਬਗੈਰ ਅਸ ਬਿਲਕੁਲ ਕੋਈ ਗੱਲਬਾਤ ਨਹੀਂ ਕਰਕੇ, ਅਗਰ ਸਾਡਾ ਕੋਈ ਵੀ ਪਲੈਨਿੰਗ ਹੋਗੀ ਅਸ ਬਿਲਕੁਲ ਤੁਹਾਡੇ ਕਨੇ ਬੈਠੀਏ ਸ਼ਾਨਾ ਪਛਾਨਾ ਬੈਠੀਏ ਜਿਹੜੀ ਹੈ ਗੱਲਬਾਤ ਹੀ ਰੱਖੀਏ, ਔਰ ਜੋ ਤੁਹਾਡੇ ਇੰਟਰਸਟ ਹੋਣਗੇ ਉਹਨੇ ਪੂਰੇ ਵਾਚ ਕਰੀਏ ਔਰ ਪੂਰੀ ਗੱਲਬਾਤ ਕਰੀਏ, ਜੋ ਵੀ ਇਹਦਾ ਨਿਰਣੇ ਹੋਏਗਾ ਉਹ ਕਰਗੇ। ਗੁਪਤਾ ਸਾਹਿਬ, ਜਿਸ ਸਾਹਿਬਾ ਦਾ ਮਾਸਟਰ ਪਲਾਨ ਬਣਦਾ ਹੈ ਔਰ ਵੇਅਰ ਹਾਊਸ 'ਚ ਜਿਸ ਸਾਹਿਬਾ ਦੇ ਦੱਸਾ ਕਰਦੇ ਨੇ ਕਿ ਇੱਥੇ ਦਫ਼ਤਰ ਬਣਦੇ ਨੇ, ਅਗਰ ਇੰਨੇ ਦਫ਼ਤਰ ਇਸ ਵੇਅਰ ਹਾਊਸ 'ਚ ਬਣੇ ਤਾਂ ਫਿਰ ਤੁਸੀਂ ਜਗ੍ਹਾ ਕਿੱਥੋਂ ਥੋਣੀ ਹੈ? ਦੇਖੋ, ਐਸਾ ਹੈ ਕਿ ਜਿਹੜਾ ਇਹ DC ਆਫਿਸ ਹੈ ਇਹ ਏਸ਼ੀਆ ਦੇ ਬੈਕ ਸਾਈਡ ਹੈ, ਔਰ ਮੈਂ ਦੇਖੋ ਇੰਨੇ ਦਫ਼ਤਰ ਉੱਥੇ ਸਟੋਨ ਵੀ ਲੱਗੇ ਦਾ ਬਿਲਕੁਲ, ਇਹ ਅੱਜ ਨਹੀਂ ਲੱਗਿਆ, ਇਹ ਅੱਜ ਤੋਂ 7-8 ਸਾਲ ਪਹਿਲੇ ਸਟੋਨ ਲੱਗਿਆ, ਅਤੇ ਇਹ ਜਿਹੜੀ ਹੈ ਲੈਂਡ ਜਿਹੜੀ ਹੈ ਏਸ਼ੀਆ ਦੇ ਬੈਕ ਸਾਈਡ ਇਹ ਟ੍ਰਾਂਸਫਰ ਵੀ ਹੋਈ ਹੈ DC ਦਫ਼ਤਰ। ਦੇਖੋ, ਗੌਰਮੈਂਟ ਦੀ ਜਿਹੜੀਆਂ ਪੋਲਸੀਆਂ ਹੁੰਦੀਆਂ ਉਸ ਡਿਵੈਲਪ ਕਰਦੇ ਟਾਈਮ ਲੱਗਦਾ, ਔਰ ਲੇਕਿਨ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਗਰ ਉਹਦੀ ਜਿਹੜੀ ਤੁਸੀਂ ਵਾਰ ਵਾਰ ਗੱਲ ਆਖ ਰਹੇ ਹੋ, ਵਪਾਰੀਏ ਦਾ ਇੰਟਰਸਟ ਕੋਲੋਂ ਉੱਪਰ ਕੋਈ ਚੀਜ਼ ਨਹੀਂ ਹੁੰਦੀ। ਹੁਣ ਦੇਖੋ, ਕੋਈ ਵੀ ਮਾਰਕੀਟ ਅਗਰ ਬੱਸ ਸਟੈਂਡ ਬਣੀ ਹੈ ਉਹਨੇ ਪਹਿਲੇ ਰੀਹੈਬਿਟੇਟ ਕੀਤਾ, ਔਰ ਉਹਨੇ ਜਿਹੜਾ ਇਹ ਨਹੀਂ ਬਿਲਕੁਲ ਬਾਹਰ ਕੱਢੀ ਉੜਿਆ, ਔਰ ਉਹਨੇ ਬਿਲਕੁਲ ਪਹਿਲੇ ਵਸਾਇਆ ਗਿਆ, ਉਹਨੇ ਜਿਹੜਾ ਸਾਰਾ ਕੁਛ ਕਰੀਏ ਫਿਰ ਜਿਹੜਾ ਉਹਨੇ ਕੰਮ ਲਗਾਇਆ ਗਿਆ। ਦੇਖੋ, ਅਸ ਡਿਵੈਲਪਮੈਂਟ ਦਾ ਕੋਈ ਰੋੜਾ ਨਹੀਂ ਹੈ, ਲੇਕਿਨ ਅਗਰ ਸਾਡੇ ਮੈਂਬਰ ਦੇ ਇੰਟਰਸਟ ਹੀ ਨਹੀਂ ਵਾਚ ਹੋਣਗੇ ਤਾਂ ਫਿਰ ਤਾਂ ਅਸ ਬੜਾ ਮੁਸ਼ਕਿਲ ਹੋ ਸਾਡੇ ਵਾਸਤੇ। ਲੇਕਿਨ ਮੈਂ ਗੌਰਮੈਂਟ ਕਨੇ ਜ਼ਰੂਰ ਵੀ ਗੱਲਬਾਤ ਕੀਤੀ ਹੈ ਇਸ ਵਿਸ਼ੇ ਉੱਪਰ, ਇਸ ਇਸ਼ੂ ਉੱਪਰ, ਉਹਨੇ ਹਮੇਸ਼ਾ ਵੀ ਆਸ਼ਵਾਸਨ ਦਿੱਤਾ, ਔਰ ਅਸ ਉਹਨੇ ਇੱਕ ਦੋ ਲੈਂਡ ਉਹਨੇ ਦੱਸਿਆ ਵੀ ਹੈ, ਅਤੇ ਅਗਰ ਮੈਂ ਸਮਝਦਾ ਕਿ ਉਹ ਜਿਹੜੀ ਇੱਕ ਦੋ ਲੈਂਡ ਜਿਹੜੀ ਹੈ ਅਸ ਗੌਰਮੈਂਟ ਕਨੇ ਮਿਲੀ ਹੈ, ਅਸ ਦਿੱਤੀ ਹੈ, ਅਤੇ ਉਹਦੇ ਉੱਪਰ ਅਗਰ ਗੌਰਮੈਂਟ ਕਾਰਵਾਈ ਕਰਦੀ ਹੈ ਉਹਦੇ ਉੱਪਰ ਫਿਰ ਅਸ ਬੈਠੀਏ ਇਸ ਜਿਹੜੀ ਹੈ ਇਸ ਗੱਲ ਉੱਪਰ ਅਸ ਚਰਚਾ ਕਰ ਸਕਦੇ ਹਾਂ, ਅਸ ਬੈਠੀ ਸਕਦੇ ਹਾਂ ਔਨ ਟੇਬਲ ਉੱਪਰ, ਔਰ
ਇਹ ਕੋਈ ਮੈਂ ਸਮਝਦਾ ਕੋਈ ਛੋਟੀ ਮਾਰਕੀਟ ਨਹੀਂ ਹੈ, ਅਸੀਂ ਇਮੀਡੀਏਟਲੀ ਸ਼ਿਫਟ ਹੋ ਜਾਏ ਔਰ ਇਹ ਪੂਰੀ ਉਹ ਮਾਰਕੀਟ ਹੈ ਜਿਹੜੀ ਅਸੈਂਸ਼ਲ ਸਪਲਾਈ ਪੂਰੇ ਜੰਮੂ ਕਸ਼ਮੀਰ ਹੀ ਦਿੰਦੀ ਹੈ। ਬਿਲਕੁਲ, ਔਰ ਮੈਂ ਸਮਝਦਾ ਇਹ ਬੜਾ ਵੱਡੀ ਗੱਲ ਹੈ ਔਰ ਇਸ ਗੱਲ ਲਈ ਪੂਰਾ ਮੁਕੰਮਲ ਕਰਨ ਵਾਸਤੇ ਇਹ ਵਾਰ ਵਾਰ ਸਾਨੂੰ ਜਿਹੜਾ ਟੇਬਲ ਟਾਕ ਕਰਨੀ ਪਾਉਣੀ ਔਰ ਟੇਬਲ ਕਰਨੇ ਗੱਲਬਾਤ ਕਰਨ ਵਾਸਤੇ ਅਸ ਹਮੇਸ਼ਾ ਤਿਆਰ ਹੈ ਔਰ ਹਮੇਸ਼ਾ ਜਿਹੜਾ ਪੋਜ਼ਿਟਿਵ ਰੁਖ ਕਰਨੇ ਜਿਹੜਾ ਅਸ ਕਰਨੇ ਵਾਸਤੇ ਤਿਆਰ ਹੈ। ਲੇਕਿਨ ਮੈਂ ਇਹ ਵੀ ਗੱਲ ਆਖਣਾ ਚਾਹੀਦਾ ਕਿ ਅਗਰ ਇਹ 150 ਕਨਾਲ ਭੂਮੀ ਜਿਹੜੀ ਹੈ ਔਰ ਆਪ ਤੁਸੀਂ ਦੇਖੋ ਜਿਹੜਾ ਇਹ ਬੇਲੀ ਚਲਾਣਾ ਏਰੀਆ ਹੈ ਉਹ ਕਿੰਨਾ ਜਿਹੜਾ ਹੈ ਕਿੰਨਾ ਲੋਕਾਂ ਨੇ ਜਿਹੜਾ ਹੈ ਆਕੋਪਾਈਡ ਕੀਤਾ ਰਿਹਾ ਔਰ ਕਿੰਨਾ ਲੋਕਾਂ ਨੇ ਮਲੇ ਰਿਹਾ ਉਹ ਵੀ ਜਿਹੜੀ ਲੈਂਡ ਹੈ। ਚਲੋ ਅਸ ਨਹੀਂ ਕਿਸੇ ਆਖਦੇ ਹਾਂ, ਅਸ ਨਹੀਂ ਕਿਸੇ ਦਾ ਨੁਕਸਾਨ ਚਾਹੁੰਦੇ ਅਸ, ਲੇਕਿਨ ਆਪਣਾ ਹੱਕ ਜਿਹੜਾ ਸਾਨੂੰ ਉਹ ਮੰਗਣਾ ਆਉਂਦਾ, ਸਾਨੂੰ ਆਪਣੇ ਹੱਕ ਦੀ ਲੜਾਈ ਕਰਨੀ ਆਉਂਦੀ ਹੈ, ਸਾਨੂੰ ਆਪਣੇ ਹੱਕ ਦੀ ਜੋ ਵੀ ਬੈਟਰ ਹੋਊਗਾ ਜੋ ਵੀ ਮੇਰੀ ਫੈਡਰੇਸ਼ਨ ਔਰ ਮੇਰੀ ਐਡਵਾਈਜ਼ਰੀ ਟੀਮ ਜਿਹੜਾ ਤੈਅ ਕਰੇਗੀ ਉਹ ਅਸ ਬਿਲਕੁਲ ਤਿਆਰ ਹਾਂ। ਗੁਪਤਾ ਸਾਹਿਬ, ਅਗਰ ਜਿਹੜਾ ਵੇਅਰ ਹਾਊਸ ਹੈ ਰਾਇਆ ਸੁਜਾਨੀ ਜਾਂ ਕੁਦੈ ਹੋਰ ਸ਼ਹਿਰਾਂ ਕੋਲ ਦੂਰ ਜਾਂਦਾ ਹੈ ਅਤੇ ਤੁਸੀਂ ਕੀ ਫਾਇਦਾ ਹੋ ਜਾਂ ਨੁਕਸਾਨ ਹੋ? ਨਹੀਂ, ਐਸਾ ਹੈ, ਮੇਰੀ ਗੱਲ ਸੁਣੋ, ਅਸ ਰਾਇਆ ਸੁਜਾਨੀ ਦੇ ਵੀ ਪਹਿਲੇ 1-2 ਲੈਂਡ ਦੇਖੀ ਆ ਔਰ ਦੇਖੋ ਕੋਈ ਵੀ ਜਿਹੜੇ ਮਾਰਕੀਟ ਜਿਹੜੇ ਨਵੀਂ ਬਣਦੀ ਹੈ ਤਾਂ ਉਹ ਪਹਿਲੇ ਨੁਕਸਾਨ ਹੁੰਦਾ ਔਰ ਉਹਦਾ ਜਿਹੜਾ ਚੱਲਣ ਹੈ ਉਹ ਨਹੀਂ ਹੁੰਦਾ ਹੈ। ਤੁਸੀਂ ਦੇਖੋ, ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ, ਬਈ ਬੱਸ ਸਟੈਂਡ ਵਾਲੀ ਔਰ ਹੋਰ ਵੀ ਜਿਹੜੀ ਵੀ ਮਾਰਕੀਟਾਂ ਸ਼ਿਫਟ ਹੋਈ ਉਹਨੂੰ ਨੁਕਸਾਨ ਹੋਇਆ, ਕਾਫੀ ਨੁਕਸਾਨ। ਲੇਕਿਨ ਅਸ ਇਹ ਜ਼ਰੂਰ ਰੱਖਗੇ ਕਿ ਹੁਣ ਜਿਹੜੀ ਜਿਹੜਾ ਟਾਈਮ ਹੈ ਔਰ ਵੱਡੇ ਵੱਡੇ ਟਰਾਲੇ ਆ ਰਹੇ ਹੈ ਔਰ ਅਸ ਸਰਕਾਰ ਇਹੋ ਆਖਾਂਗੇ ਸਾਨੂੰ ਗੋਡਾਊਨਸ ਦੀ ਜਿਹੜੀ ਹੈ ਉੱਥੇ ਜਲਦੀ ਜਗ੍ਹਾ ਦਿੱਤੀ ਜਾਏ। ਅਗਰ ਅਗਰ ਸਰਕਾਰ ਜਿਹੜਾ ਗੋਡਾਊਨਸ ਦੀ ਜਗ੍ਹਾ ਦਿੰਦੀ ਹੈ, ਸਾਡੀ ਲੋਡਿੰਗ ਅਨਲੋਡਿੰਗ ਉੱਥੇ ਹੁੰਦੇ ਆ, ਸਾਡੇ ਦਫ਼ਤਰ ਅਗਰ ਇੱਥੇ ਬਣਦੇ ਆ ਤਾਂ ਫਿਰ ਤਾਂ ਸਾਰੀ ਪਰੇਸ਼ਾਨੀ ਵੀ ਖਤਮ ਹੋਈ। ਅਗਰ ਸ਼ਹਿਰ ਜਿਹੜਾ ਹੈ, ਸ਼ਹਿਰ ਵਿੱਚ ਅਗਰ ਟਰੱਕ ਨਹੀਂ ਆਉਣਗੇ ਬਾਰੋ ਬਾਰ ਸਾਡੀ ਲੋਡਿੰਗ ਹੋਏਗੀ ਔਰ ਸਾਡੇ ਜਿਹੜੇ ਹੈ ਔਰ ਇਹ ਸਾਡੀ ਗੌਰਮੈਂਟ ਨੇ ਮੰਨੇ ਲਿਆ ਇਸ ਗੱਲ ਹੀ ਕਿ ਸਾਡੇ ਜਿਹੜੇ ਆਫਿਸ ਕੰਪਲੈਕਸਿਸ ਜੇ ਸਾਡੇ ਇੱਥੇ ਹੋਣਗੇ ਔਰ ਸਾਨੂੰ ਤੁਹਾਨੂੰ ਜਿਹੜਾ ਆਫਿਸ ਲੋਡ ਜਿਹੜਾ ਇੱਥੋਂ ਕਰਨ ਹੋਏਗਾ ਔਰ ਸਾਡੀ ਜਿਹੜੀ ਲੋਡਿੰਗ ਹੈ ਔਰ ਜਿਹੜੀ ਹੈ ਸਾਡੀ ਲੋਡਿੰਗ ਜਿਹੜੀ ਹੈ ਉਹ ਬਾਹਰੋਂ ਹੋਊਗੀ। ਦੇਖੋ, ਇਹ ਹੋਲਸੇਲ ਮਾਰਕੀਟ ਹੈ, ਬਿਲਕੁਲ, ਇਟ ਇਜ਼ ਨੋਟ ਏ ਰਿਟੇਲਰ ਮਾਰਕੀਟ ਔਰ ਇਹ ਟਰੱਕਿੰਗ ਕਰਨੇ ਮਾਲ ਆਉਣਾ, ਟਰੱਕਿੰਗ ਕਰਨੇ ਗੇ ਚਲੀ ਜਾਣਾ ਔਰ ਅਗਰ ਸਾਡੇ ਆਫਿਸਿਸ ਇੱਧਰ ਹੋਣਗੇ, ਸਾਡੇ ਜਿਹੜੇ ਗਡਾਊਨਸ ਉੱਥੇ ਹੋਣਗੇ ਤਾਂ ਮੈਂ ਸਮਝਦਾ ਕਿ ਇਹਦੇ 'ਚ ਸਰਕਾਰ ਦਾ ਵੀ ਫਾਇਦਾ ਅਤੇ ਸਾਡਾ ਵੀ ਫਾਇਦਾ। ਸਰਕਾਰ ਹੀ ਬਾਹਰੋਂ ਬਾਹਰ ਟਰੱਕ ਆਈਆਂ ਨੇ, ਬਾਹਰੋਂ ਬਾਹਰ ਚਲੀ ਜਾਣੇ ਔਰ ਜਿਹੜੇ ਸਾਡੇ ਗਡਾਊਨਸ ਨੇ ਉਹ ਉੱਧਰੋਂ ਬਾਹਰੋਂ ਬਾਹਰ ਗਏ ਹੋਈ ਜਾਣਾ ਨਿਰੀਕਸ਼ਨ ਹੋ ਰਿਹਾ ਔਰ ਜਿਹੜੇ ਸਾਡੇ ਆਫਿਸਿਸ ਅਗਰ ਇੱਥੇ ਰਹਿਣਗੇ ਅਤੇ ਅਸ ਸ਼ਹਿਰ ਦੇ ਬਿਲਕੁਲ ਨਜ਼ਦੀਕ ਵੀ ਰਹਿਣਗੇ ਔਰ ਜਿਹੜਾ ਔਰ ਸਾਡੇ ਆਉਣਾ ਜਾਣਾ ਵੀ ਇੱਥੇ ਰਹੇਗਾ ਔਰ ਸਾਡੇ ਕੰਮ ਵੀ ਜਿਹੜੇ ਇੱਥੇ ਹੋਣਗੇ। ਗੁਪਤਾ ਸਾਹਿਬ, ਜਿਵੇਂ ਕਿ ਵਿਕਾਸ ਜਿਹੜਾ ਉਹ ਵੀ ਬੜਾ ਜ਼ਰੂਰੀ ਹੈ, ਕੀ ਕਿ ਅਗਰ ਅਸੀਂ ਵਧਣਾ ਹੈ ਤਾਂ ਵਿਕਾਸ ਹੋਣਾ ਗਾ ਚਾਹੀਦਾ ਹੈ। ਨਈ ਬਸਤੀ ਵਾਲੇ ਤੁਸੀਂ ਦੁਕਾਨਦਾਰ ਦੇਖੀ ਲਓ, ਉੱਥੇ ਐਕਸਪ੍ਰੈਸ ਵੇਅ ਦਾ ਜਿਹੜਾ ਰਸਤਾ ਹੈ ਉਹ ਬਣਾ ਕਰਦਾ ਹੈ, ਪਰ ਦੁਕਾਨਦਾਰ ਜਿਹੜੇ ਨੇ ਉਹ ਪ੍ਰਦਰਸ਼ਨ ਉੱਪਰ ਉਤਾਰੂ ਨੇ, ਕੀ ਕਿ ਉਹਦਾ ਆਖਣਾ ਕਿ ਅਸੀਂ ਕੀ ਵਸਾਇਆ ਨਹੀਂ ਜਾ ਕਰਦਾ, ਅਸੀਂ ਕੀ ਜੋੜਿਆ ਜਾ ਕਰਦਾ? ਨਹੀਂ, ਮੈਂ ਤੁਹਾਨੂੰ ਗੱਲ ਸੁਣਾਉਣਾ ਕਿ ਅੱਜ ਤੋਂ ਪਹਿਲੇ ਅਗਰ ਸ੍ਰੀਨਗਰ ਦੀ ਗੱਲ ਕਰਚੇ, ਉੱਥੇ ਵੀ ਇੱਕ ਫਲਾਈਓਵਰ ਦਾ ਜਿਹੜੇ ਬਣਿਆ ਹਾ ਅਤੇ ਉੱਥੇ ਵੀ ਇਹੋ ਗੱਲ ਹੋਈ ਸੀ ਕਿ ਉਸ ਦੁਕਾਨਦਾਰ ਉਜਾੜਨੇ ਦੀ ਗੱਲ ਹੋਈ ਸੀ ਅਤੇ ਲੇਕਿਨ ਗੌਰਮੈਂਟ ਨੇ ਇਸੀ ਜੰਮੂ ਕਸ਼ਮੀਰ ਦੀ ਗੌਰਮੈਂਟ ਨੇ ਉਹਨੇ ਰੀਹੈਬਿਟੇਟ ਕੀਤਾ, ਉਹਨੇ ਇੱਕ ਮਾਰਕੀਟ ਬਣਾਈ ਦਿੱਤੀ। ਮੈਂ ਤੁਹਾਡੇ ਮਾਧਿਅਮ ਤੋਂ ਜਿਹੜੇ ਵੀ ਨਈ ਬਸਤੀ ਦੇ ਮੇਰੇ ਸ਼ਾਪਕੀਪਰ ਆ ਔਰ ਮੈਂ ਹਮੇਸ਼ਾ ਉਹਦੇ ਕੰਨੇ ਹਾਂ ਔਰ ਮੈਂ ਸਰਕਾਰ ਹੀ ਆਖਗਾ ਉਹਨੇ ਪਹਿਲੇ ਹਮੇਸ਼ਾ ਰੀਹੈਬਿਟੇਟ ਕਰਨ, ਕਿਉਂਕਿ ਦੇਖੋ 50 ਸਾਲ ਪੀੜ੍ਹੀਆਂ ਜਿਹੜੀਆਂ ਕੰਮ ਕਰਦੀਆਂ, ਹੁਣ ਉਹ ਨੌਕਰੀ ਤਾਂ ਕਰਦੇ ਨਹੀਂ ਹੈ, ਉਹਦੇ ਕੋਲ ਵਿਵਸਾਏ ਵੀ ਕੋਈ ਨਹੀਂ ਹੈ ਔਰ ਕੰਮ ਵੀ ਕੋਈ ਨਹੀਂ ਹੈ
ਪਹਿਲੇ ਗੋਲ ਤੁਹਾਡਾ ਵੀ ਆਖਾ ਦੇ ਬਈ ਇਹ ਥੋੜੇ ਯਾਰੇ ਪੈਸੇ ਦਿਆ ਕਰਦੇ। ਬਿਲਕੁਲ, ਮੈਂ ਚਾਹੁੰਦਾ ਕਿ ਪੈਸੇ ਨਹੀਂ ਦੇ, ਉਹਨੇ ਦੁਕਾਨ ਦੇ ਬਦਲੇ ਦੁਕਾਨ ਦਿੱਤੀ ਜਾਏ, ਉਹਨੇ ਰੀਹੈਬਿਲੇਟ ਕੀਤਾ ਜਾਏ, ਉਹਦੇ ਬਾਅਦ ਜਿਹੜਾ ਐਕਸਪੈਂਸ਼ਨ ਜਿਹੜੀ ਹੋਣੀ ਚਾਹੀਦੀ ਐਕਸਪੈਂਸ਼ਨ। ਔਰ ਅਸੀਂ ਜ਼ਰੂਰ ਚਾਹੁੰਦੇ ਹਾਂ, ਲੇਕਿਨ ਕਿਸੇ ਦੀ ਲਾਸ਼ਾਂ ਉੱਪਰ ਗੁਜਰੀ ਅਗਰ ਐਕਸਪੈਂਸ਼ਨ ਕਰਨੀ ਹੈ, ਉਹ ਲਈ ਜੰਮੂ ਅਸੀਂ ਐਕਸਪੈਂਡ ਨਹੀਂ ਚਾਹੁੰਦੇ। ਅਸ ਬਿਹਤਰੀ ਜੰਮੂ ਚਾਹੁੰਦੇ ਹਾਂ, ਬਿਹਤਰ ਜੰਮੂ ਬਣੇ, ਉਹ ਅਸੀਂ ਜ਼ਰੂਰ ਚਾਹੁੰਦੇ ਹਾਂ, ਲੇਕਿਨ ਕਿਸੇ ਦੀ ਰੋਜ਼ੀ ਰੋਟੀ ਜਿਹੜੀ ਹੈ ਛਿੰਨੀ, ਅਗਰ ਬਿਹਤਰ ਜੰਮੂ ਬਣਾਉਣਾ, ਐਸਾ ਬਿਹਤਰ ਜੰਮੂ ਨਹੀਂ ਚਾਹੁੰਦਾ। ਅਸ ਚਾਹੁੰਦੇ ਹਾਂ ਕਿ ਬੜਾ ਅੱਛਾ ਕੰਮ ਹੋ ਰਿਹਾ, ਰਿੰਗ ਰੋਡ ਦਾ ਕੰਮ ਹੋ ਰਿਹਾ, ਹਾਈਵੇ ਦਾ ਕੰਮ ਹੋ ਰਹੇ ਨੇ, ਲੇਕਿਨ ਜਿਹੜੇ ਉੱਥੇ ਦੁਕਾਨਦਾਰ ਜਿਹੜੇ ਵੀ ਵਿੱਚ ਆਉਂਦੇ, ਉਹਨੇ ਪਹਿਲੇ ਰੀਹੈਬਿਲੇਟ ਕਰੀਏ। ਔਰ ਮੈਂ ਸਮਝਦਾ ਇੱਕ ਰੇਹੜੀ ਵਾਲੇ ਵੀ ਜਿਹੜਾ ਪਹਿਲੇ ਰੀਹੈਬਿਲੇਟ ਕਰੀਏ, ਫਿਰ ਉਸੀ ਜਿਹੜਾ ਚੁੱਕਣਾ ਚਾਹੀਏ। ਔਰ ਜਿਹੜੀ ਸਰਕਾਰਾਂ ਔਰ ਜਿਹੜੀ ਗੌਰਮੈਂਟ ਹੁੰਦੀ ਹੈ, ਲੋਕਾਂ ਵਾਸਤੇ ਹੁੰਦੀ ਹੈ, ਲੋਕਾਂ ਦੀ ਬਿਹਤਰੀ ਵਾਸਤੇ ਹੁੰਦੀ ਹੈ, ਲੋਕਾਂ ਦੇ ਕੰਮ ਕਰਨ ਵਾਸਤੇ ਹੁੰਦੀ ਹੈ, ਲੋਕਾਂ ਦੀ ਦਵਾਣੇ ਵਾਸਤੇ ਨਹੀਂ ਹੁੰਦੀ, ਲੋਕਾਂ ਦੀ ਖਤਮ ਕਰਨ ਵਾਸਤੇ ਨਹੀਂ ਹੁੰਦੀ। ਔਰ ਮੈਂ ਚਾਹੁੰਦਾ ਔਰ ਐਲ ਜੀ ਮਹੋਦਯਾ ਸਾਹਿਬ ਵੀ ਮੈਂ ਇਹੋ ਰਿਕੁਐਸਟ ਕਰਗਾ, ਔਰ ਜੋ ਵੀ ਜੰਮੂ ਦੇ ਇਸ਼ੂਜ਼ ਨੇ, ਉਹਨੇ ਜਿਹੜਾ ਹੈ ਉਹਨੇ ਬੜੇ ਸਿਵਲ ਸੁਸਾਇਟੀ ਵਿੱਚ ਬੁਲਾਈਏ, ਜੋ ਵੀ ਉਹਦੇ ਸਟੇਕ ਹੋਲਡਰਸ ਹੋਣਗੇ, ਉਹਨੇ ਬੈਠੀਏ, ਗੌਰਮੈਂਟ ਕਨੇ ਗੱਲ ਕਰੀਏ, ਔਰ ਉਹਦੇ ਜਿਹੜੇ ਜਿੰਨੇ ਵੀ ਹਨ ਆਪਣੇ ਆਫਿਸਰ ਜਿਹੜੇ ਹਨ ਉੱਥੇ ਬੈਠੀਏ, ਉਹਦੇ ਕਨੇ ਗੱਲ ਕਰਨ, ਔਰ ਇੱਕ ਵਿੱਚ ਵਾਲਾ ਰਸਤਾ ਨਿਕਾਲਣ, ਔਰ ਤਾਂ ਕਰੀਏ ਜਿਹੜੀ ਹੈ ਇਹ ਜਿਹੜਾ ਜਿੰਨੇ ਵੀ ਤੁਹਾਡੇ ਡਿਵੈਲਪਮੈਂਟ ਹੋ ਰਹੀ ਹੈ ਉਹ ਪੂਰੀ ਹੋਣੀ ਚਾਹੀਦੀ। ਬਹੁਤ ਬਹੁਤ ਸ਼ੁਕਰੀਆ। ਜਿੰਨੇ ਵੀ ਲੋਕ ਹਨ ਔਰ ਜਿਹੜੀਆਂ ਸਰਕਾਰਾਂ ਨੇ, ਉਹ ਲੋਕਾਂ ਦੀ ਸੁੱਖ ਦਿੰਦੀਆਂ ਨੇ, ਲੋਕਾਂ ਦੀ ਜੁਆੜਨੇ ਦਾ ਕੰਮ ਨਹੀਂ ਕਰਦੀਆਂ। ਜਿਵੇਂ ਗੁਪਤਾ ਸਾਹਿਬ ਨੇ ਦੱਸਿਆ ਹੈ ਕਿ ਪਹਿਲੇ ਜਿਹੜੇ ਵੇਅਰ ਹਾਊਸ ਦੇ ਵਪਾਰੀ ਨੇ, ਉਹਨੇ ਗੀ ਗੋ ਡਾਊਨ ਦਿਓ ਜਿੱਥੇ ਉਹਨੇ ਆਪਣਾ ਜਿਹੜਾ ਸਮਾਨ ਹੈ, ਜਿਹੜੇ ਟਰਾਲੇ ਜਾਂ ਜਿਹੜੇ ਟਰੱਕ ਆਉਂਦੇ ਨੇ ਉੱਥੇ ਲਾਏ ਜਾਣ, ਵੀ ਉਹਦੇ ਦਫ਼ਤਰ ਜਿਹੜੇ ਨੇ ਉਹ ਵੇਅਰ ਹਾਊਸ 'ਚ ਗਏ ਰੱਖੇ ਜਾਣ, ਉਸਦੇ ਬਾਅਦ ਗਏ ਕੋਈ ਐਸਾ ਸਰਕਾਰ ਫੈਸਲਾ ਲੈ। ਅਗਰ ਐਸਾ ਨਹੀਂ ਹੁੰਦਾ ਤਾਂ ਵੇਅਰ ਹਾਊਸ ਦੇ ਜਿਹੜੇ ਵਪਾਰੀ ਵਰਗ ਹੈ ਉਹ ਕੋਈ ਦੂਆ ਰਸਤਾ ਵੀ ਅਖਤਿਆਰ ਕਰ ਸਕਦੇ।